पिछों आया यार उधर तुम जुड़वा बचे वा ए इधर होर जुड़वा निकल आया। मैं घर आया, मैं घर आके लम्मे पे अज मेरे सलाह कबूतरां बारे दसन दे वीडियो। अस्सलाम वालेकुम, मैं अली मल्ला काब दे यूट्यूब अजीब चैनल। उम्मीद है आप सब खैरियत से होंगे। अच्छा यार अज तुहानू कबूतरां दे बारे दसते अज दी वीडियो बनती कबूतरां दे। ते कबूतर उड़ के आए ते पछतार करन दा मुद्दा ते सवेर दा उड़िया ते टाइम 10:30 हो गया। तुहानू मैं बखांदा कबूतर कबूतर करन दा मुद्दा पानी पिया आ गया ते फिर इहनू सुट्टन दिया है। शौक वेख लवो किटे जाल बनाए ने हजारां रुपये लाते आ। ओ सच यार मैं कमेंट के सारे दसना है उस्ताद भी अगर किसी ने कोई कुलिया कोई उड़ा पड़ा किसी किस्म का कबूतर मारी कोई पूछना हो कोई दवाई दवुई बारे तो मैं कमेंट से दस्यो तू मैं ये रबता करा दाँगा। बल्कि नंबर मैं दिता ही एक वीडियो तो सांगले की वीडियो बनी सी कम करते उ मैं नंबर दिता वीडियो च अगर कोई हो ना कम ये रबता कर लियो है भी साडा उस्ताद आ। कबूतर आए हाय 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 किन्ने को कबूतर है को 150 150 है ही 200 कबूतर आ छत इन्हें भी चंगी भरी आ। मलंग खुले कबूतर रखे है पछतार पछतार की कोई खसरे खसरे आ रहे कत सौन मंगन दिया की मसला है कोई प्रोग्राम खसरे खसरे आ रहे। अच्छा दोस्तों तुहानू मैं बखाया सी पिछली वीडियो च भाई जलोका नाल जुड़वा बच्चे हुए थे अज उहदी खुशी आ ते साउंड सिस्टम मंगन दिया सी ते मैं उधर चलता है तो सारा सांभ कर लाता है ते वो वीडियो भी तुहानू मैं बना के अपलोड करांगा। की माहौल है कहाँ से मिलेंगे कहाँ नाला तेरा थला जमकन दिया। हेलो बदाम कादे वासी है आपको खा रहे हैं मलंगा कौन है कौन है इन्हों कर दे खमीर काला खमीर जो पाया मैं दस्यो आवाज मारियो। अच्छा मैं चला तो भाई यार वेख लियो खुराक कबूतर की बनती है यह खुराक यार वेख लो यहोजी खुराक असि आप नहीं खाई थी जो कबूतर पा रहे है उस्ताद बंदा पूरा उस्ताद जो कहते ना वो ही है बंदा तो तुम सौ कबूतर की किसी शायद जानवर की ना मसला मसैल होया ना तो रबता करे बंदे उस्ताद आ इतने लागे लागे ना सांगले एरिए उड़ा सारे सांगले उस्ताद बंदा है तो कबूतर डान भी जाता बाजिया भी डांदा है तो बाजी भी लग रही है कम सौ कम भी यदि बाजी छह करना लगी है बाजी कप च भी आ छह करना बाजी भी लगी है तो कोई 3-3.5 लाख की कप बाजी बन दी है यदि
ਜਿਹੜੀ ਇਹਦੀ ਲੱਗੀ ਆ ਤੇ ਨਾਲ ਇਹਦਾ ਵੀ ਉਸਤਾਦ ਆ ਤੇ ਸਗੋਂ ਕੋਈ ਕੰਮ ਹੋਇਆ ਤੇ ਰਾਬਤਾ ਕਰਿਓ ਨੰਬਰ ਇਹਦਾ ਦੋਸਤੋ ਮੈਂ ਜਾ ਰਿਹਾ ਏ ਭਾਈ ਕਾਕੇ ਘਰ ਤੇ ਉੱਧਰ ਅੱਜ ਬੜਾ ਮਾਹੌਲ ਆ ਤੇ ਮੇਰੀ ਵੀਡੀਓ ਐਂਡ ਤੱਕ ਵੇਖਿਓ ਤੇ ਮੇਰੀ ਵੀਡੀਓ ਨਾਲ ਬਣੇ ਰਹੋ ਤੁਹਾਨੂੰ ਮੈਂ ਵਹਾਂਦਾ ਜਾ ਕੇ ਕੀ ਮਾਹੌਲ ਕੀ ਉਹ ਅੱਗੋਂ ਸਗੋਂ ਸਾਡਾ ਨਾਈ ਵੀ ਆ ਰਿਹਾ ਏ ਨਾਈ ਨੇ ਘੇਰ ਲੈਣਾ ਉਹਨੇ ਆਵਾਜ਼ ਮਾਰ ਲੈਣੀ ਆ ਪਹਿਲਾਂ ਮੇਰੇ ਵਾਲਾ ਕਿਉਂਕਿ ਰਾਤੀ ਆਇਆ ਹੁੰਦਾ ਫਰਿੱਜ ਦਾ ਸਪਲਾਈਜ਼ਰ ਆਉਂਦਾ ਸਪਲਾਈਜ਼ਰ ਚੈੱਕ ਕਰਨਾ ਮੈਂ ਤੂੰ ਆਇਆ ਚੈੱਕ ਕਰ ਲੈਂਦੇ ਆ ਉਹ ਰਾਤੀ ਫਿਰ ਮੈਂ ਉਹਨਾਂ ਨਾਲ ਮਹਿਫਲ ਲੈਟਿੰਗ ਕਰਦਾ ਰਿਹਾ ਲੈਟਿੰਗ ਕਰਦੇ ਬਾਬਾ ਲੇਟ ਹੋ ਗਏ ਫਿਰ ਮੂਵੀ ਬਣਾਉਣੀ ਸੀ ਉਹ ਇਸ ਵਜ੍ਹਾ ਤੋਂ ਬਾਬਾ ਲੇਟ ਹੋ ਗਿਆ ਅਤੇ ਹੁਣ ਦੇਖ ਚੁੱਕੀ ਲਿਆ ਰਿਹਾ ਤੁਹਾਨੂੰ ਮੈਂ ਵਹਾਂਦਾ ਓਕੇ ਇਹੋ ਜਿਹਾ ਕੰਮ ਕਰਦਾ ਕੋਈ ਪਾਕਿਸਤਾਨ 'ਚ ਕੰਮ ਦੇਖ ਲਓ ਸਾਡੇ ਆ ਨਾਈ ਆ ਪਿੰਡ ਦੇ ਮੋਟਰਸਾਈਕਲ ਸਾਡੇ ਇਹ ਜੇ ਦੋਵੇਂ ਬਲੂੰਗਰੇ ਅਤੇ ਇੱਕ ਵੇਖੋ ਵੱਡਾ ਜਿਹੜਾ ਰੋਂਦਿਆ ਏ ਪੰਜ ਮਿੰਟ ਵੱਡਾ ਏ ਦੋ ਕੁ ਮਿੰਟ ਵੱਡਾ ਏ ਅਤੇ ਇਹ ਦੋ ਮਿੰਟ ਜਿਹੜਾ ਛੋਟਾ ਅਤੇ ਉਹ ਵੇਖੋ ਚੁੱਪ ਕਰਕੇ ਬੈਠਾ ਏ ਓਏ ਅੱਛਾ ਮਾਸ਼ਾਅੱਲਾ ਦੋ ਮਿੰਟ ਵੱਡੇ ਨਾਲ ਹੀ ਕਿੰਨਾ ਵੱਡਾ ਹੋ ਗਿਆ ਆਹੋ ਉਹ ਕਿੱਡਾ ਵੱਡਾ ਲੱਗਦਾ ਹੈ ਮੈਂ ਆਇਆ ਸੀ ਨਾਨ ਖਾਣ ਤੇ ਨਾਨ ਮੈਂ ਖਾ ਲਿਆ ਤੇ ਭਾਈ ਆ ਸੁੱਖਣ ਦਿਆ ਤੇ ਭਾਈ ਉਹ ਸਾਹਮਣੇ ਨਾਨ ਲਾ ਰਿਹਾ ਤੇ ਮੈਂ ਰਾਤ ਦੀ ਕੋਈ ਸ਼ਾਇਦ ਨਹੀਂ ਸੀ ਖਾਧੀ ਆ ਤੇ ਭੁੱਖ ਵਾਹਵਾ ਲੱਗੀ ਤੇ ਨਾਨ ਅਸੀਂ ਆਲੂ ਵਾਲੇ ਦੋ ਤਿੰਨ ਖਾ ਲਏ ਤੇ ਹੁਣ ਚਲੀਏ ਵਾਪਸ ਨੂੰ ਤੇ ਨਾਨ ਉਹ ਜਿਹੜੇ ਆ ਬੱਚਿਆਂ ਵਾਸਤੇ ਲੈ ਲਏ ਆ ਘਰ ਵਾਸਤੇ ਤੇ ਘਰ ਛੋਟੀਆਂ ਕੁੜੀਆਂ ਜਿਹੜੀਆਂ ਪਛਤਾਰ ਦੀਆਂ ਉਹਨਾਂ ਵਾਸਤੇ ਲੈ ਲਿਆ ਤੇ ਮੈਂ ਹਾਂ ਲੈ ਚੱਲੀਏ ਉਹ ਵੀ ਖਾ ਲਾਂਗੇ ਤੋਂ ਨਿਕਲੀਏ ਯਾਰ ਜਾ ਅੱਗੇ ਤਾਂ ਸ਼ਾਮ ਨੂੰ ਸਾਊਂਡ ਸਿਸਟਮ ਵੀ ਬੁਲਾਉਣਾ ਹੈ ਅਤੇ ਉਹ ਤੋਂ ਬਾਅਦ ਭਾਈ ਕਾਕੇ ਨੇ ਆਖਿਆ ਥੋੜ੍ਹੀ ਜਿਹੀ ਲੈਟਿੰਗ ਵੀ ਕਰਨੀ ਆ ਉੱਥੇ ਘਰ ਉਹ ਮੁੰਡੇ ਦੀ ਖੁਸ਼ੀ ਕਰਨੀ ਹੈ ਕੋਈ ਪ੍ਰੋਗਰਾਮ ਹੈ ਉਹਨਾਂ ਦਾ ਕੋਈ ਡਾਂਸਰ ਆ ਰਹੇ ਆ ਰਾਤ ਨੂੰ ਉੱਥੇ ਆ ਨਾਲ ਤੁਹਾਨੂੰ ਵੀ ਕੋਈ ਥੋੜ੍ਹਾ ਜਿਹਾ ਮਾਹੌਲ ਪਾਵਾਂਗੇ ਅਤੇ ਅਗਰ ਮੇਰੀ ਵੀਡੀਓ ਜਿਹਨਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਅੱਗੇ ਬੇਨਤੀ ਆ ਮੇਰੀ ਵੀਡੀਓ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਆਪਣਾ ਨਾਂ ਲਿਖ ਕੇ ਅੱਛਾ ਜਿਹਾ ਕਮੈਂਟ ਜ਼ਰੂਰ ਕਰ ਦਿਓ ਅਤੇ ਚੱਲੀਏ ਯਾਰ ਘਰ ਨੂੰ ਇੱਥੇ ਤਾਂ ਫਿਰ ਵੀ ਹਵਾ ਚੱਲਣ ਦੀ ਆ ਹੈਂ ਫਿਰ ਤਾਂ ਹਵਾ ਵੀ ਨਹੀਂ ਚੱਲਦੀ ਆ ਸਾਡੇ ਗੁਆਂਢੀਆਂ ਦੇ ਨਾ ਦੋ ਜੁੜਵਾ ਬੱਚੇ ਨਿਕਲ ਆਇਆ ਦੋ ਜੁੜਵਾ ਆ ਦੋ ਜੁੜਵਾ ਨਿਕਲ ਆਇਆ ਤੇ ਆ ਵੀ ਦੋਵੇਂ ਜੁੜਵਾ ਭੈਣਾਂ ਏ ਤੇ ਇੱਥੋਂ ਪਛਾਣ ਹੁੰਦੀ ਆ ਇੱਕ ਦੇ ਦੰਦ ਟੁੱਟੇ ਆ ਮੂੰਹ ਖੋਲੀ ਆਹੋ ਇੱਕ ਤਾਂ ਦੰਦ ਟੁੱਟੇ ਆ ਇੱਕ ਤਾਂ ਕਲੀ ਟੁੱਟੇ ਆ ਇੱਥੋਂ ਪਛਾਣ ਹੁੰਦੀ ਆ ਇਹਨਾਂ ਦੀ ਵੱਡੀ ਛੋਟੀ ਦੇ ਆ ਲਾ ਕੇ ਵੱਡੀ ਉਹ ਪਰਲੀ ਦੰਦ ਟੁੱਟਿਆਂ ਵਾਲੀ ਅਤੇ ਆ ਉਰਲੀ ਛੋਟੀ ਆ ਅਤੇ ਲੱਗਦੀ ਉਰਲੀ ਵੱਡੀ ਆ ਅਤੇ ਉਹ ਛੋਟੀ ਹੈ ਕੱਦ ਤੋਂ ਇਹ ਵੀ ਜੁੜਵਾ ਭੈਣਾਂ ਏ ਹਾਂਜੀ ਜਨਾਬ ਮੈਂ ਆ ਗਿਆ ਇੱਥੇ ਅਤੇ ਉੱਧਰ ਖਾਣਾ ਚੱਲ ਰਿਹਾ ਏ ਲੰਗਰ ਪਾਣੀ ਚੱਲ ਰਿਹਾ ਏ ਨਾਲ ਨਾਨ ਅਤੇ ਗੋਸ਼ਤ ਮੈਂ ਇੱਥੇ ਬਲੂੰਗਰਾਂ ਕੋਲ ਆ ਗਿਆ ਮੈਂ ਬਲੂੰਗਰਾਂ ਦੇ ਨਾਲ ਖੇਡਣ ਡਿਆ ਜੇ ਸਾਡਾ ਬਲੂੰਗਰਾ ਰੋਂ ਰਿਹਾ ਇੱਕ ਅਤੇ ਇੱਕ ਬਲੂੰਗਰਾ ਜਿਹੜਾ ਏ ਉਹ ਅੱਧਾ ਸੌਣ ਦਿਆ ਅੱਧਾ ਜਾਗਣ ਦਿਆ ਏ ਅਤੇ ਰਸ਼ ਵਾਹਵਾ ਪਿਆ ਏ ਮਾਸ਼ਾਅੱਲਾ ਅੱਲਾ ਖੈਰ ਕਰੇ ਰੋਟੀ ਖਾਧੀ ਜਾ ਰਹੀ ਆ ਅਤੇ ਅਸੀਂ ਬਲੂੰਗਰਿਆਂ ਨਾਲ ਖੇਡ ਰਹੇ ਹਾਂ ਬਾਕੀ ਤੁਹਾਨੂੰ ਹੈ ਫੰਕਸ਼ਨ ਛੋਟਾ ਜਿਹਾ ਹੋਰ ਤੁਹਾਨੂੰ ਥੋੜ੍ਹਾ ਜਿਹਾ ਸ਼ਾਰਟ ਉਹ ਵੀ ਵਾਹੁੰਦਾ ਮੈਂ ਪਹਿਲਾਂ ਤਾਂ ਬਲੂੰਗਰੇ ਆਇਆ ਵੇਖ ਲਈਏ ਅਤੇ ਮੈਨੂੰ ਕਹਿ ਰਹੇ ਖਾਣਾ ਖਾਣਾ ਮੈਂ ਹੈ ਭਾਈ ਮੈਂ ਐਂਡ 'ਤੇ ਖਾਣਾ ਜੀ ਹੌਂਸਲੇ ਨਾਲ ਸਕੂਨ ਨਾਲ ਬੈਠ ਕੇ ਅੱਛਾ ਯਾਰ ਮੈਂ ਡਾਂਸ ਦੀ ਵੀਡੀਓ ਨਹੀਂ ਅਪਲੋਡ ਕੀਤੀ ਯਾਰ ਉਹ ਨਾ ਡਾਂਸ 'ਤੇ ਡਾਂਸ ਕਰਦੇ ਸੀ ਪਰ ਗਾਣੇ ਗੁਣੇ ਲੱਗੇ ਤਾਂ ਕਰਕੇ ਨਹੀਂ ਅਪਲੋਡ ਕੀਤੀ ਮੈਂ ਅਤੇ ਇਸ ਹਫ਼ਤੇ ਵੀਰ ਤੋਂ ਜਾ ਓਕੇ ਅੱਲਾ ਹਾਫਜ਼।